ਮੈਨੂੰ ਕੀ ਪਤਾ ਹੋਵੇ ਜੀ ਤੁਸੀਂ ਜਾ ਕੇ ਵੇਖ ਲਵੋ ਕੌਣ ਨੇ ਬਸ਼ੀਰਾ ਗੋਟੂ ਤੂੰ ਤੇ ਖੈਰ ਤੇ ਆਈ ਦੰਮੀ ਦੰਮੀ ਨਾਲ ਸਵੇਰ ਸਵੇਰ ਸਾਹ ਦੇ ਕੋਲ ਖਾਇ ਰਹੀ ਕਿਵੇਂ ਆਇਆ ਇੱਕ ਮੈਂ ਤੁਹਾਡੇ ਨਾਲ ਗੱਲ ਕਰਨ ਹੀ ਆਈ ਤੇ ਦੂਆ ਆਖਿਆ ਤੇ ਮੈਂ ਆਪਣੀ ਧੀ ਨੂੰ ਮਿਲੀ ਵੰਨਾ ਆ ਜਾ ਸੁਣਾ ਬਸ਼ੀਰਾ ਬਿਨਾ ਕਿਵੇਂ ਆਇਆ ਖੈਰ ਤੇ ਗੱਲ ਇਹ ਮੇਰੇ ਆਉਣ ਦਾ ਮਕਸਦ ਇਹ ਕਿ ਮੇਰਾ ਪੋਤਰੀ ਜਵਾਨ ਹੈ ਤੇ ਤੇਰੀ ਬੱਚੀ ਜਵਾਨ ਹੈ ਮੈਂ ਤਾਂ ਨਾ ਆਪਣੇ ਜੀਂਦੇ ਜੀ ਜਿਹੜਾ ਨਾ ਇੰਨੇ ਸਾਦਗੀ ਨਾਲ ਰਿਸ਼ਤਾ ਕਰ ਛੋੜੀਏ ਅੱਜ ਕੱਲ੍ਹ ਦੇ ਜ਼ਮਾਨੇ ਦਾ ਪਤਾ ਤੇ ਹੈਲੋ ਚਾਏ ਕੀ ਆਪਸ 'ਚ ਗੱਲਾਂ ਕਰੀ ਜਾ ਰਹੇ ਦੋਵੇਂ ਭਰਾ ਮੁੱਖੋ ਦੀ ਮਾਂ ਚਾਰ ਪਾਈ ਚਾ ਲਿਆ ਇੱਥੇ ਬਹੁ ਮੋਰ ਤੇਰੇ ਨਾਲ ਗੱਲ ਕਰਨੀ ਹੈ ਅੱਛਾ ਜੀ ਠੀਕ ਹੋ ਹਾਂਜੀ ਗੱਲ ਇਹ ਬਾਗਾ ਵਾਲੀ ਕਰਮਾ ਵਾਲੀ ਹਾਂਜੀ ਇਹ ਬਸ਼ੀਰਾ ਗੋਟੂ ਆਇਆ ਬੈਠਾ ਅੱਛਾ ਜੀ ਇਹ ਆਦਾ ਮੇਰਾ ਬੱਚਾ ਜਵਾਨ ਹੋ ਗਿਆ ਤੇ ਤੁਹਾਡੀ ਕੁੜੀ ਵੀ ਜਵਾਨ ਹਾਂਜੀ ਬਿਲਕੁਲ ਹੁਣ ਇਹ ਆਦਾ ਬਈ ਇਹਨਾਂ ਦੀ ਸ਼ਾਦੀ ਕਰ ਚੁੱਕੀ ਹਾਂਜੀ ਕਿਉਂ ਨਹੀਂ ਭਾਜੀ ਤੁਹਾਡੀ ਅਮਾਨਤ ਹੈਗੀ ਹੈ ਤੁਸੀਂ ਜਿਸ ਟਾਈਮ ਚਾਹੋ ਉਸ ਟਾਈਮ ਲੈ ਕੇ ਜਾ ਸਕਦੇ ਹੋ ਮਗਰ ਨਾ ਕੁਝ ਸਾਡੀਆਂ ਸ਼ਰਤਾਂ ਹੈਗੀਆਂ ਜੇਕਰ ਤੁਸੀਂ ਪੂਰੀਆਂ ਕਰਦੇ ਹੋ ਤੇ ਮੇਰੇ ਵੱਲੋਂ ਤਾਂ ਤੁਸੀਂ ਕੱਲ ਬਰਾਤ ਲੈ ਕੇ ਆ ਜਾਓ ਕੱਲ ਕੀ ਤੁਸੀਂ ਹੁਣੇ ਬਰਾਤ ਲੈ ਕੇ ਆ ਜਾਓ ਸ਼ਰਤਾਂ ਕਿਹੜੀਆਂ ਤੁਹਾਨੂੰ ਤਾਂ ਪਤਾ ਅੱਜ ਕੱਲ ਦਾ ਜਿਹੜਾ ਦੌਰ ਜਾ ਰਿਹਾ ਹੈਗਾ ਕਿ ਮੁੰਡਿਆਂ ਦਾ ਵੈਸੇ ਕੋਈ ਇਤਬਾਰ ਨਹੀਂ ਹੈਗਾ ਇਹ ਕੋਈ ਗਰੰਟੀ ਥੋੜੀ ਹੈਗੀ ਕਿ ਮੇਰੀ ਕੁੜੀ ਨੂੰ ਛੱਡ ਕੇ ਤੂੰ ਜ਼ਹਿਰ ਜੀ ਗੱਲ ਤੂੰ ਹੀ ਸ਼ਾਦੀ ਵੀ ਕਰ ਸਕਦੇ ਇਸ ਲਈ ਚਾਹ ਰਹੀ ਹਾਂ ਕਿ ਭਾਅ ਜੀ ਕਿ 5 ਮਰਲੇ ਦਾ ਪਲਾਟ ਜਿਹੜਾ ਤੁਸੀਂ ਸ਼ਹਿਰ 'ਚ ਲੈ ਕੇ ਨਾ ਉਹ ਮੇਰੀ ਧੀ ਦੇ ਨਾਂ ਕਰਵਾ ਦਿਓ ਅਤੇ ਸਾਰਾ ਦਹੇਜ ਜਿਹੜਾ ਹੈਗਾ ਉਹ ਤੁਹਾਨੂੰ ਦੇਣਾ ਪੈਣਾ ਠੀਕ ਹੈ ਫਰਿੱਜ ਵਗੈਰਾ ਟੀ ਵੀ ਸ਼ੀਵੀ ਐਲ ਸੀ ਡੀਆਂ ਅੱਜ ਕੱਲ੍ਹ ਐਲ ਸੀ ਡੀਆਂ ਦਾ ਦੌਰ ਹੀਗਾ ਫਿਰ ਉਸ ਤੋਂ ਬਾਅਦ 5 ਤੋਲੇ ਜ਼ੇਵਰ ਮੇਰੀ ਧੀ ਨੂੰ ਪਵਾਉਣਾ ਜੇ ਉਸ ਤੋਂ ਬਾਅਦ ਜਿਹੜਾ ਹੈ ਨਾ ਮੈਂ ਘਰ ਜਵਾਈ ਰੱਖਣਾ ਇਹ ਰਿਸ਼ਤਾ ਹੋਇਆ ਬਾਬੇ ਦਾਦੇ ਦਾ ਸਮਝ ਆਈ ਉਸ ਨਾ ਕੋਈ ਸ਼ਰਤਾਂ ਨਾ ਕੋਈ ਗੱਲ ਹੈ ਮੈਂ ਉਸ ਵਜ੍ਹਾ ਤੋਂ ਆਇਆ ਤੁਸਾਂ ਵੀ ਗਰੀਬ ਹੋ ਅਤੇ ਮੈਂ ਵੀ ਗਰੀਬ ਹਾਂ ਅਤੇ ਇਤਨੀਆਂ ਡਿਮਾਂਡਾਂ ਮੈਂ ਕਿੱਥੋਂ ਪੂਰੀਆਂ ਕਰ ਸਕਦਾ ਭਾਅ ਜੀ ਅਗਰ ਤੁਸੀਂ ਨਹੀਂ ਕਰ ਸਕਦੇ ਨਾ ਤਾਂ ਫਿਰ ਤੁਹਾਡੀ ਮਰਜ਼ੀ ਵਾਲੀ ਗੱਲ ਹੈ ਕਿਉਂਕਿ ਸਾਡੀਆਂ ਤਾਂ ਸ਼ਰਤਾਂ ਹੈਗੀਆਂ ਜੇ ਤੁਸੀਂ ਪੂਰੀਆਂ ਕਰ ਸਕਦੇ ਹੋ ਤਾਂ ਮੇਰੇ ਵੱਲੋਂ ਹੁਣ ਸਿਹਰੇ ਬੰਨ੍ਹ ਕੇ ਬਰਾਤ ਲੈ ਆ ਮੁੰਡੇ ਆਪਣੇ ਇਹਦਾ ਮਤਲਬ ਇਹ ਮੈਂ ਇਹ ਜਵਾਬ ਸਮਝਿਆ ਰਿਸ਼ਤੇ ਦਾ ਜਿਸ ਤਰ੍ਹਾਂ ਤੁਹਾਨੂੰ ਬਿਹਤਰ ਲੱਗਦਾ ਇਹ ਜਵਾਬ ਹੀ ਸਮਝ ਅੱਛਾ ਇਹਦਾ ਮਤਲਬ ਹੈ ਰਿਸ਼ਤੇ ਤੋਂ ਮੈਂ ਜਵਾਬ ਸਮਝਾਂ ਹਾਂਜੀ ਪਰ ਭਾਅ ਜੀ ਤੁਸੀਂ ਖਾਣਾ ਤੇ ਖਾ ਲਓ ਬਸ ਮੈਂ ਖਾ ਲਿਆ ਤੁਹਾਡਾ ਖਾਣਾ ਅੱਬਾ ਆ ਗਈਏ ਹਾਂ ਅੱਬਾ ਉਹ ਚੌਕੀ ਦਿੱਤੀ ਖਾਣਾ ਖੱਜੀ ਨੂੰ ਇਹ ਤਿਆਰ ਸੀ ਵੈ ਸੀ ਤੇ ਮੈਂ ਲੋਕ ਕੇ ਖਾ ਦੂੰ ਉਹ ਸੁਣਾ ਕਿਆ ਦੇ ਸਾਵਰੇ ਮੇਰੇ ਉੱਥੇ ਮੈਂ ਗਿਆ ਉਹਨਾਂ ਡਿਮਾਂਡਾਂ ਇਤਨੀਆਂ ਰੱਖੀਆਂ ਨੇ 5 ਮਰਲੇ ਦਾ ਪਲਾਟ ਮਕਾਨ ਸਮੇ ਜ਼ੇਵਰ ਤੇ ਦੂਈ ਵੱਡੀ ਸ਼ਰਤ ਜਿਹੜੀ ਮੈਨੂੰ ਮਜਬੂਰ ਕੀਤਾ ਉਹ ਇਹ ਕਿ ਉਹਦੇ ਨਾਲ ਸਰਕਸਾਂ ਹੀ ਘਰ ਜਵਾਈ ਉਹ ਅੱਬਾ ਉਹ ਘਰ ਜਵਾਈ ਤਾਂ ਕੁੱਤਾ ਆਉਂਦੇ ਮੁੜ ਜਵਾਬ ਸਮੇਂ ਹਾਂ ਉਦੋਂ ਆ ਗਿਆ ਜਵਾਬ ਦਿਲ ਛੋਟਾ ਨਹੀਂ ਕਰਨਾ ਪੁੱਤਰ ਵਾਸਤੇ ਮੈਂ ਉਹ ਰਿਸ਼ਤਾ ਗੁਲੇਸਾ ਮੇਰਾ ਪੁੱਤਰ ਖੁਸ਼ ਰਿਹਾ ਸੀ ਹੈ ਨਾ ਪਰੇਸ਼ਾਨ ਨਹੀਂ ਹੋਣਾ ਰਿਸ਼ਤਾ ਮੇਰਾ ਦਾਦਾ ਕਰ ਗਿਆ ਬਚਪਨ ਤੋਂ ਅੱਜ ਡਿਮਾਂਡਾਂ ਰੱਖੀ ਬੈਠੇ
ਅੱਛਾ ਕੱਟ ਕਿੰਨਾ ਮੈਂ ਤੁਹਾਡਾ ਹਾਲ ਵੀ ਜੇ ਮੇਰੇ ਕੋਲ ਤੂੰ ਸੁਣਾ ਲਿੱਤੀ ਨਾ ਤੇ ਤੁਹਾਡੀ ਛੂਰ ਮੈਂ ਨੀ ਪਰਨੇ ਚੜਨੇ ਦਾ ਮੁੱਖੋ ਦੀ ਮਾਂ ਹਾਂਜੀ ਤੂੰ ਘਰ ਦਾ ਸਾਰਾ ਸੰਭਾਲ ਮੈਂ ਇਹ ਗੱਲ ਦਾ ਪਤਾ ਕਰ ਆਵਾਂ ਤਾਂ ਕਿ ਰੋਟੀ ਨੂੰ ਲੇਟ ਹੋਵੇ ਬਰਾਤ ਆਵਣ ਵਾਲੀ ਹੈ ਹਾਂਜੀ ਤੁਸੀਂ ਜਿਹੜਾ ਮੇਰੇ ਕੰਮ ਜ਼ਿੰਮੇ ਲਾਇਆ ਸੀ ਮੈਂ ਮੁਕੰਮਲ ਕਰਤੇ ਆ ਸਾਰੇ ਠੀਕ ਹੈ ਹਾਂਜੀ ਠੀਕ ਹੋ ਅਸਲਾਮ ਅਲੈਕੁਮ ਚਾਚਾ ਜੀ ਤੂੰ ਕਿੱਥੇ ਆਇਆ ਹੱਥ ਪਰਾ ਕਰ ਤੂੰ ਕਿਵੇਂ ਆਇਆ ਆਪਣੇ ਚਾਚੇ ਦੇ ਘਰ ਆਇਆ ਇੱਥੇ ਕੋਈ ਤੇਰਾ ਚਾਚਾ ਨਹੀਂ ਰਹਿੰਦਾ ਓ ਨੋ ਓ ਖੈਰ ਹੈ ਚਾਚਾ ਓ ਤੂੰ ਮੇਰਾ ਛੋਟਾ ਚਾਚਾ ਹੈ ਉਹ ਹੋ ਸੀ ਕਦੀ ਹੁਣ ਤੇਰਾ ਚਾਚਾ ਕੋਈ ਨਹੀਂ ਜਾ ਭੱਜ ਜਾ ਓ ਚਾਚੀ ਇਹ ਚਾਚਾ ਕਿਉਂ ਬੇਦੀਨ ਸੀ ਅਗੜੇ ਮੈਂ ਸੁਣਨੀ ਪਈ ਆ ਸਾਰੀਆਂ ਠੀਕ ਹੈ ਨਾ ਉਹ ਸਹੀ ਆਖਦੇ ਪਏ ਨੇ ਔਰ ਵੈਸੇ ਵੀ ਤੂੰ ਸਾਡਾ ਦਿਮਾਗ ਨਾ ਖਰਾਬ ਕਰ ਮੇਰੀ ਮੁੱਖੋ ਧੀ ਦੀ ਬਰਾਤ ਆਉਂਦੀ ਪਈ ਹਾਂ ਹਾਂ ਅੱਛਾ ਉਹ ਤੇਰੀ ਮੁੱਖੋ ਧੀ ਦੀ ਬਰਾਤ ਆਉਂਦੀ ਪਈ ਏ ਆਪਣੇ ਨੂੰ ਬੈਰ ਘੜੇ ਦੇ ਪਏ ਵੇ ਤੇ ਗੈਰਾਂ ਨੂੰ ਘਰ ਵੜੇ ਦੇ ਪਏ ਹੋ ਕਿਆ ਤੁਹਾਡੀਆਂ ਸੋਚਾਂ ਸਦਕੇ ਵੰਜਾ ਉਹ ਤੁਹਾਡੀ ਜੋ ਬਰਾਤ ਆਉਂਦੀ ਪਈ ਏ ਉਹ ਮੈਂ ਤੁਹਾਡੀ ਬਰਾਤ ਨੂੰ ਜੇਬ ਵਿੱਚ ਪੈਂਦਾ ਪਈ ਆ ਬੇਬੇ ਤੂੰ ਭੋਰ ਪੂਨਾ ਨਾਲ ਖਿਲਾਰ ਸਾਡੇ ਘਰ ਮਨੁਸੀਅਤ ਖਿਲਾਰੀ ਜਾ ਰਹੇ ਹੈ ਅੱਛਾ ਹੁਣ ਮੈਂ ਭੋਰਾ ਪਾਣੀ ਗਿਆ ਉਂਗਲੇ ਜਿਹੜੇ ਪੈਸੇ ਦੀ ਬਹੁਤਾ ਪੀ ਮਾਨੀਆਂ ਵੇ ਉਂਗਲੇ ਮੈਂ ਚੰਗਾ ਵੀ ਅੱਜ ਮੈਂ ਪਤਾ ਨਹੀਂ ਉਹਨਾਂ ਨਾਲ ਕਿਦੂ ਕਿਦੂ ਦੇ ਮਹਿਮਾਨ ਆਵਲੇ ਸਾਨੂੰ ਸਰੀਰ ਕਰਦਾ ਪਿਆ ਜਾ ਭੱਜ ਜਾ ਕਮ ਸੇ ਕਮ ਕੁਝ ਤੇ ਲਿਆ ਘਰ ਅਸੀਂ ਫੇਰ ਵੀ ਤੇਰੇ ਚਾਚੀ ਚਾਚਾ ਵਾਂ ਸਾਡੀ ਇੱਜ਼ਤ ਕਰ ਇੱਜ਼ਤ ਸਾਡੀ ਇਹਨੇ ਰੁੱਲ ਜਾਏਗੀ ਜੇ ਤੂੰ ਇੱਥੇ ਇੰਜ ਮਜਮਾ ਲਾ ਕੇ ਖਲੋਤਾ ਰਿਹਾ ਠੀਕ ਹੈ ਮੈਂ ਤੁਹਾਡੀ ਇੱਜ਼ਤ ਰੱਖੇ ਨਾ ਤੁਸਾਂ ਮੇਰੀ ਇੱਜ਼ਤ ਨਹੀਂ ਰੱਖੀ ਕੋਈ ਗੱਲ ਨਹੀਂ ਮੈਂ ਮਹਿਮਾਨਾਂ ਸਾਹਮਣੇ ਕਈ ਨਾ ਕਰੇਗਾ ਮੈਂ ਪਰ ਇੱਥੋਂ ਨਹੀਂ ਵੇਦਾ ਆ ਮੈਂ ਬੈਠਣਾ ਓਏ ਉੱਠੀ ਤੂੰ ਉੱਠੀ ਤੂੰ ਜਾ ਜਾ ਠੀਕ ਹੈ ਖਾ ਪੀ ਕੇ ਚਲਾ ਜਾਏਗਾ ਤੈਨੂੰ ਤੇ ਕੋਈ ਵੀ ਕੋਈ ਗੱਲ ਕੀਤੀ ਨਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ ਉਹ ਮੇਰੀ ਜਨਾਨੀ ਤੈਨੂੰ ਨਹੀਂ ਪਤਾ ਇੱਥੇ ਬੈਠਾ ਇਸ ਕੋਈ ਨੂੰ ਕੋਈ ਕੋਈ ਨੂੰ ਕੋਈ ਗੱਲ ਕੀਤੀ ਰੱਖਣੀ ਹੈ ਚਲ ਬਾਹਰ ਨਿਕਲ ਆ ਮੇਰੀ ਚਾਚੀ ਨਹੀਂ ਆਦੀ ਮੈਂ ਮਾਂ ਕਾ ਚਾਚੀ ਨੂੰ ਛੋੜ ਮੈਂ ਜਿਹੜਾ ਚਾਚੇ ਕੋਈ ਨਹੀਂ ਚਾਚੀ ਨਿਕਲ ਮੇਰੀ ਚਾਚੀ ਨਹੀਂ ਬਣੇਗੀ ਤਾਂ ਮਾਂ ਤੇ ਮੰਨਾ ਠੀਕ ਹੈ ਮੈਂ ਦੇਗਾ ਤੇ ਇੰਤਜ਼ਾਮ ਕਰਾਵਾ ਇਹ ਮੱਖੀ ਹੈ ਭੈੜੀ ਕੋਈ ਨਹੀਂ ਭੈੜੀ ਕੁਝ ਨਹੀਂ ਹੁੰਦਾ ਬਾਏ ਬਾਏ ਚਾਚੀ ਤੂੰ ਬਾਏ ਤਲੇ ਬਾਏ ਇਹ ਮੈਨੂੰ ਪਤਾ ਹੈ ਪਤਾ ਹੈ ਕੀ ਅੱਛਾ ਮੇਰੇ ਪੁੱਤਰ ਮੇਰੀ ਗੱਲ ਸੁਣ ਸਾਡੀ ਐਵੇਂ ਇੱਜ਼ਤ ਖਰਾਬ ਨਾ ਕਰੀ ਠੀਕ ਹੈ ਨਾ ਰੋਟੀ ਰੋਟੀ ਖਾ ਕੇ ਚਲਾ ਜਾਵੇਂ ਤੇ ਨਾਲੇ ਸ਼ਾਪਰ ਚ ਆਪਣੇ ਪਿਓ ਵਾਸਤੇ ਰੋਟੀ ਲੈਂਦਾ ਜਾਵੇਂ ਆ ਚਾਚੀ ਗੱਲ ਸੁਣ ਉਹ ਮੈਂ ਕਈ ਵੀ ਨਹੀਂ ਕਰੇਦਾ ਸਿਰਫ ਘੋਟ ਕੋ ਦੇਖ ਕੇ ਉਹ ਧੂਲੇ ਕੋ ਤੇ ਮੈਂ ਘਰ ਲਗਾਵੇ ਸਾਂ ਨਾਲੇ ਮੇਰਾ ਅੱਬਾ ਰੋਟੀ ਖਾਦੀ ਬੈਠੇ ਉਹ ਤੁਹਾਡੀ ਸ਼ਾਦੀ ਵਾਲੀ ਰੋਟੀ ਖਾਸੀ ਵੀ ਕਹਿਣਾ ਧੂਲੇ ਕਾ ਸਿਹਰਾ ਸੁਹਾਣਾ ਲੱਗਦਾ ਹੈ ਦੁਲਹਨ ਕਾ ਤੋ ਦਿਲ دیਵਾਨਾ ਲੱਗਦਾ ਹੈ ਧੂਲੇ ਕਾ ਸਿਹਰਾ ਸੁਹਾਣਾ ਲੱਗਦਾ ਹੈ ਗਵਾਟੀਆਂ ਦੇ ਛੋਰੇ ਦਿਮਾਗ ਕੋ ਹਲੇ ਹੋਇਆ ਚੰਗਾ ਹਲੇ ਹੋਇਆ ਬਾਈ ਮੇਰੀ ਸਵੇਰ ਦੀ ਬੇਇੱਜ਼ਤੀ ਕੀਤੀ ਜਾਂਦਾ ਹੁਣ ਸਬਰ ਕਰ ਬਾ ਅੱਛਾ ਤੇ ਪਿੱਛਾ ਪਾਣੀ ਲਾਵਣੇ ਉਹ ਫੋਤਕਿਆਂ ਦਾ ਰੁੱਕਾ ਉਹ ਦਰਿਆਈ ਘੋੜਾ ਉਹ ਫੁੱਟਬਾਲ ਦੇ ਮੂੰਹ ਵਾਲਾ ਉਹ ਚਿੜੀਆ ਘਰ ਦਾ ਹਾਥੀ ਇਹ ਯਾਰ ਕੌਣ ਹੈ ਪਰੇਸ਼ਾਨ ਨਾ ਹੋਵੋ ਇਹ ਗਵਾਟੀਆ ਦਾ ਮੁੰਡਾ ਹੈ ਰੋਟੀ ਖਾ ਕੇ ਦਫਾ ਹੋ ਜਾਸੀ ਚੰਗਾ ਦਿਮਾਗ ਵਾਲਿਆ ਬਾਈ ਮੈਨੂੰ ਮਾਰ ਮਾਰ ਕੇ ਮੈਨੂੰ ਦਿਮਾਗ ਵਾਲਾ ਹੋਵੇ ਜੇ ਮੇਰਾ ਦਿਮਾਗ ਗਿਆ ਨਾ ਹੱਲ
ਤੇ ਮੈਂ ਜਿਹੜਾ ਤੈਨੂੰ ਪਤਾ ਤਾਂ ਹੈ ਮੇਰੇ ਹੈ ਨਾ 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 ਮੇਰਾ ਸੀਗਾ ਪਤਾ ਤਾਂ ਹੈ ਤੇਰੀ ਬਰਾਤ ਲੈ ਕੇ ਆਇਆ ਬੈਠੇ ਆ ਭਾਸ਼ਾ ਬਣਾ ਚਲੋ ਠੀਕ ਭਾਜੀ ਤੁਸੀਂ ਇੱਧਰ ਆ ਜਾਓ ਵੇਖੋ ਚਾਚਾ ਜੀ ਚਾਰ ਤਾਂ ਇਸਲਾਮ ਵਿੱਚ ਵੀ ਜਾਇਜ਼ ਹੈ ਨਾ ਤਰ੍ਹਾਂ ਹੋਈਆਂ ਚੌਥੀ ਹੋਰ ਕਰ ਲਈ ਸੀ ਤੇ ਕਿਹੜਾ ਕਿਆਮਤ ਆਵੇ ਸੀ ਅਸੀਂ ਤੁਹਾਡੀ ਹਰ ਡਿਮਾਂਡ ਪੂਰੀ ਕੀਤੀ ਹੈ ਤੁਸੀਂ ਆਖਿਆ ਪੰਜ ਮਰਲੇ ਦਾ ਪਲਾਟ ਹੋਵੇ ਅਸਾਂ ਛੂਹਰ ਦਾ ਇੱਕ ਕਨਾਲ ਦਾ ਪਲਾਟ ਲਵਾ ਦਿੱਤਾ ਤੁਸੀਂ ਆਖਿਆ ਪੰਜ ਤੋਲੇ ਸੋਨਾ ਪਾਓ ਅਸਾਂ 10 ਤੋਲੇ ਪਾ ਦਿੱਤਾ ਤੁਸੀਂ ਆਖਿਆ ਇੱਕ ਕੋਠੀ ਲੈ ਕੇ ਦਿਓ ਅਸਾਂ ਬਹੁਤ ਵੱਡਾ ਬੰਗਲਾ ਲੈ ਕੇ ਦੇ ਦਿੱਤਾ ਹੁਣ ਦੱਸੋ ਕੋਈ ਕਸੂਰ ਹੋਏ ਸਾਡਾ ਅਸਾਂ ਆਪਣੇ ਬਾਲ ਦੀ ਸ਼ਾਦੀ ਕਰਕੇ ਵੈਸੇ ਇੱਥੋਂ ਹੈਲੋ ਸ਼ਾਦੀ ਆ ਕੇ ਨਾ ਮੇਰੇ ਸਾਹਮਣੇ ਇਵੇਂ ਤੂੰ ਤਾਂ ਸ਼ਾਦੀ ਕਰਕੇ ਬੈਸੋ ਤੁਹਾਡਾ ਕੋਈ ਪਾਣੀ ਘਰ ਇੱਥੇ ਲਾਸ਼ਾਂ ਵਿੱਚ ਲਾਸ਼ਾਂ ਵੇਖ ਬਾਈ ਸਾਡਾ ਪਾਣੀ 'ਚ ਘਰ ਨਹੀਂ ਸਾਡਾ ਚਿੱਕੜ 'ਚ ਖਾ ਰਹੇ ਪਹਿਲੇ ਮੇਰੀ ਗੱਲ ਸੁਣ ਆਪਣੀਆਂ ਮੁੱਛਾਂ ਨੂੰ ਵਾਤ ਵੱਲ ਮੇਰੇ ਨਾਲ ਗੱਲ ਕਰੇ ਮੇਰੀ ਖਸੂਸੀਅਤ ਹੈ ਕਿ ਮੈਂ ਮੁੱਛਾਂ ਨਾਲ ਜਵਾਨ ਨਾਲ ਗੱਲ ਕਰੇ ਦੱਸੋ ਯਾਰ ਇਹ ਗੱਲਾਂ ਤੁਸੀਂ ਇਹਨਾਂ ਨੂੰ ਦੱਸੀਏ ਕੋਈ ਨਾ ਮੈਂ ਮੇਰੇ 4-3 ਅੱਗੇ ਸ਼ਾਦੀ ਨੇ ਚੌਥੀ ਹੈ ਤੂੰ ਨਾ ਹੀ ਬੋਲਦਾ ਚੁੱਪ ਮੇਰੀ ਇੱਜ਼ਤ ਬਚਾਈਏ ਹੁਣ ਮੈਂ ਦਿਕਾਈ ਮੰਨਣੀ ਲਾਇਆ ਪਿਓ ਨੂੰ ਤਾਂ ਰਿਸ਼ਤਾ ਤਾਂ ਦੋਸਤ ਓਕੇ